ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ, ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਰੇਲ ਟਰੈਕ ਮੱਲੇ ਹੋਏ ਨੇ, ਜਿਸ ਕਰਕੇ ਆਮ ਗੱਡੀਆਂ ਦੀ ਆਮਦ ਵੀ ਰੁਕ ਗਈ ਆ। ਹੁਣ ਸਰਕਾਰ ਵੱਲੋਂ ਦੁਹਾਈ ਪਾਈ ਜਾ ਰਹੀ ਕਿ ਪੰਜਾਬ 'ਚ ਕੋਲਾ ਨਾ ਪਹੁੰਚਣ ਕਰਕੇ ਸੂਬੇ 'ਚ ਥਰਮਲ ਪਲਾਂਟ ਬੰਦ ਹੋਣ ਦੇ ਕਦਾਰ 'ਤੇ ਨੇ। ਉੱਧਰ ਪਾਵਰ ਕੌਮ ਨੇ ਕੋਲੇ ਦੇ ਸੰਕਟ ਨੂੰ ਨਕਾਰ ਦਿੱਤਾ। ਪਾਵਰ ਕੌਮ ਦਾ ਕਹਿਣਾ ਹੈ ਕਿ ਪੰਜਾਬ 'ਚ ਫਿਲਹਾਲ ਘੱਟੋ ਘੱਟ 2 ਹਫ਼ਤੇ ਤੱਕ ਕੋਲੇ ਦਾ ਕੋਈ ਸੰਕਟ ਪੈਦਾ ਹੋਣ ਦੀ ਸੰਭਾਵਨਾ ਨਹੀਂ ਹੈ। ਫਿਲਹਾਲ ਬਿਜਲੀ ਦੀ ਮੰਗ ਘੱਟ ਹੈ, ਜਿਸ ਕਰਕੇ ਰੋਪੜ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਨੇ। ਜੇਕਰ ਇਹ ਦੋਵੇਂ ਪਲਾਂਟ ਚਾਲੂ ਕੀਤੇ ਜਾਂਦੇ ਨੇ ਤਾਂ ਵੀ 1 ਹਫ਼ਤੇ ਤੱਕ ਕੋਲਾ ਉਹਨਾਂ ਕੋਲ ਮੌਜੂਦ ਆ। ਪਾਵਰ ਕੌਮ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਵਾਲਾ .com ਦੇ ਨਾਲ। ਜੋਤਿਸ਼ ਆਰ ਕੇ ਸ਼ਾਸਤਰੀ, ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ, 81468-13-896, 81468-13-896।